ਫਿਰ ਉੱਥੇ ਸਾਨੂੰ ਖੜੇ ਕਰਕੇ ਸਾਡੀ ਵੀਡੀਓ ਫੋਟੋ ਬਣਾਈਆਂ ਗਈਆਂ ਕਿ ਤੁਹਾਨੂੰ ਕੰਮ ਤੇ ਭੇਜਣਾ ਆ। ਉੱਥੇ ਕੋਈ ਲੇਡੀਜ਼ ਨਹੀਂ ਆਉਂਦੀ, ਬੰਦੇ ਹੀ ਆਉਂਦੇ ਆ, ਬੰਦੇ ਆਉਂਦੇ ਲੈਣ ਕੁੜੀਆਂ ਨੂੰ। ਫਿਰ ਉਹ ਜਦੋਂ ਕੁੜੀਆਂ ਕੰਮ ਤੇ ਜਾਂਦੀਆਂ ਉਹਨਾਂ ਦੇ ਨਾਲ ਗਲਤੀ ਕਰਦੇ, ਉਹ ਦੂਸਰੇ ਦਿਨ ਜਾਂ ਤੀਸਰੇ ਦਿਨ ਵਾਪਸ ਆ ਕੇ ਫਿਰ ਰੋਂਦੀਆਂ ਬਹੁਤ ਆ। ਅਤੇ ਮੈਨੂੰ ਕਹਿੰਦੀ ਸੀਗੀ ਕਿ 50,000 ਮੈਂ ਲਊਂਗੀ ਤੇਰੇ ਕੋਲੋਂ ਆਪਣੇ ਕੋਲ ਬੁਲਾਉਣ ਲਈ। ਅਤੇ ਉਹਨੇ ਮੈਨੂੰ 1 ਮਹੀਨਾ ਆਪਣੇ ਕੋਲ ਰੱਖਿਆ। ਉੱਥੇ ਮੇਰੇ ਉਹਨਾਂ ਨੇ ਮੈਨੂੰ ਜਿਹੜੀ ਮੇਰੀ ਏਜੰਟ ਸੀਗੀ ਉਹਨੇ ਮੈਨੂੰ ਬੁਲਾਇਆ ਆਪਣੇ ਕੋਲ ਘਰੇਲੂ ਕੰਮ ਦੇ ਲਈ। ਅਤੇ ਮੈਨੂੰ ਕਹਿੰਦੀ ਸੀਗੀ ਕਿ 50,000 ਮੈਂ ਲਊਂਗੀ ਤੇਰੇ ਕੋਲੋਂ ਆਪਣੇ ਕੋਲ ਬੁਲਾਉਣ ਲਈ। ਅਤੇ ਉਹਨੇ ਮੈਨੂੰ 1 ਮਹੀਨਾ ਆਪਣੇ ਕੋਲ ਰੱਖਿਆ। ਅਤੇ ਬਾਅਦ ਵਿੱਚ ਜਦੋਂ ਮੇਰਾ ਵੀਜ਼ਾ ਖਤਮ ਹੋ ਗਿਆ ਅਤੇ ਉਹਨੇ ਦੂਸਰੇ ਘਰ ਦੇ ਵਿੱਚ ਮੈਨੂੰ ਸ਼ਿਫਟ ਕਰ ਦਿੱਤਾ। ਅਤੇ ਜਦੋਂ ਉਸ ਘਰ ਦੇ ਵਿੱਚ ਗਈ ਅਤੇ ਉਹਨਾਂ ਨੇ ਮੇਰੇ ਨਾਲ ਮਾਰ ਕਟਾਈ ਕਰਨੀ ਸ਼ੁਰੂ ਕਰ ਦਿੱਤੀ। ਅਤੇ ਮੈਨੂੰ ਖਾਣਾ ਵੀ ਨਹੀਂ ਦਿੰਦੇ ਸੀ ਅਤੇ ਪਾਣੀ ਦੀ ਮੈਨੂੰ ਇਜਾਜ਼ਤ ਵੀ ਹੈ ਨਹੀਂ ਸੀਗੀ ਪੀਣ ਦੀ। ਅਤੇ ਮੈਂ ਟੂਟੀਆਂ ਦਾ ਗੰਦਾ ਪਾਣੀ ਪੀ ਕੇ ਆਪਣਾ ਢਿੱਡ ਭਰਦੀ ਸੀ। ਅਤੇ ਜਦੋਂ ਮੇਰੇ ਨਾਲ ਮਾਰ ਕਟਾਈ ਕਰਦੇ ਸੀ, ਗੰਦਾ ਪਾਣੀ ਪੀਂਦੀ ਸੀ, ਅਤੇ ਉਹਦੇ ਨਾਲ ਮੇਰੀ ਤਬੀਅਤ ਜ਼ਿਆਦਾ ਖਰਾਬ ਹੋ ਗਈ। ਅਤੇ ਮੈਂ ਆਪਣੀ ਏਜੰਟਨੀ ਨੂੰ ਕਿਹਾ ਕਿ ਮੈਨੂੰ ਇੰਡੀਆ ਭੇਜਿਆ ਜਾਵੇ। ਅਤੇ ਮੈਨੂੰ ਕਹਿੰਦੀ ਸੀਗੀ ਕਿ 2.5 ਲੱਖ ਰੁਪਈਆ 3 ਲੱਖ ਰੁਪਈਆ ਆਪਣੇ ਘਰ ਦੇ ਉੱਤੋਂ ਮੰਗਵਾ ਅਤੇ ਇੰਡੀਆ ਜਾ। ਅਤੇ ਮੇਰੇ ਘਰ ਦੇ ਕੇ ਇੰਨੇ ਪੈਸੇ ਹੈ ਨਹੀਂ ਸੀਗੇ ਕਿ ਮੇਰੇ ਘਰ ਦੇ ਇੰਨੇ ਪੈਸੇ ਭਰਨ ਸਕਣ। ਅਤੇ ਇਸ ਕਰਕੇ ਫਿਰ ਬਾਬਾ ਜੀ ਨੇ ਸਾਡੀ ਹੈਲਪ ਕੀਤੀ ਇੱਧਰ ਆਉਣ ਵਿੱਚ। ਕਦੋਂ ਗਏ ਸੀ, ਕਿਹੜੇ ਮੁਲਕ ਗਏ ਸੀ? ਮੈਂ ਇਰਾਕ ਦੇ ਵਿੱਚ ਗਈ ਸੀਗੀ ਅਤੇ ਅਪ੍ਰੈਲ ਦੇ ਵਿੱਚ ਗਈ ਸੀ, 14 ਅਪ੍ਰੈਲ। ਕੀ ਕਿਹਾ ਗਿਆ ਸੀ, ਕਿਹੜਾ ਕੰਮ ਦਵਾਉਣਾ, ਕਿੰਨੀ ਤਨਖਾਹ ਦੇਣੀ, ਕਿੰਨੇ ਪੈਸੇ ਲੱਗਣਗੇ, ਕੀ ਹੋਊਗਾ? ਮੈਨੂੰ ਕਹਿੰਦੇ ਸੀ 25,000 ਰੁਪਈਆ ਤਨਖਾਹ ਆ ਅਤੇ ਘਰ ਦਾ ਹੀ ਕੰਮ ਆ। ਮੈਨੂੰ ਨਹੀਂ ਪਤਾ ਸੀ ਕਿ ਉਹ ਘਰ ਦੇ ਵਿੱਚ ਜਿਹੜੇ ਘਰ ਦੇ ਇੰਨੇ ਉਹ ਮਤਲਬ ਮਾਰ ਕਟਾਈ ਕਰਦੇ, ਕੁੱਟਦੇ ਆ, ਜੇ ਮਤਲਬ ਤਬੀਅਤ ਖਰਾਬ ਹੋ ਜਾਂਦੀ ਆ ਤਾਂ ਉਹ ਇਲਾਜ ਨਹੀਂ ਕਰਵਾਉਂਦੇ ਹੈਗੇ। ਕੀ ਤੁਹਾਨੂੰ ਵੇਚ ਦਿੱਤਾ ਜਾਂਦਾ ਉੱਥੇ, ਕੀ ਹੁੰਦਾ, ਕੀ ਆਪਸ? ਪਹਿਲਾਂ ਕੰਪਨੀ ਵਾਲਿਆਂ ਦੇ ਥਰੂ ਮੰਗਵਾਉਂਦੀਆਂ ਇਹ ਕੁੜੀਆਂ, ਏਜੰਟਣੀਆਂ ਜਿਹੜੀਆਂ ਹੁੰਦੀਆਂ। ਅਤੇ ਗਾਂ ਉਹ ਕੰਪਨੀ ਵਾਲਿਆਂ ਤੋਂ ਪੈਸੇ ਲੈਂਦੇ, $2,000 ਉਹਨਾਂ ਤੋਂ ਪੈਸੇ ਲਏ ਜਾਂਦੇ ਆ। ਅਤੇ ਫਿਰ ਗਾਂ ਮਤਲਬ ਜਿਹੜਾ 50,000 ਲੈਂਦੇ ਉਹ ਆਪਸ ਦੇ ਵਿੱਚ ਇਹ ਵੰਡਦੇ ਪਏ ਆ। ਤੁਹਾਨੂੰ ਵੇਚ ਦਿੰਦੇ ਆ? ਹਾਂਜੀ, ਗਾਂ ਫਿਰ ਘਰਾਂ ਵਾਲਿਆਂ ਤੋਂ ਵੀ ਪੈਸੇ ਲੈਂਦੇ ਜਿਸ ਘਰ ਦੇ ਵਿੱਚ ਭੇਜਿਆ ਜਾਂਦਾ ਹੈ। ਜਿਹਨਾਂ ਨੇ ਜਿਹੜੇ ਕਦੇ ਪੁੱਛਿਆ ਨਹੀਂ ਉਹਨਾਂ ਨੂੰ ਕੋਈ ਸ਼ਿਕਾਇਤ ਕਰਨੀ, ਉੱਥੇ ਕੋਸ਼ਿਸ਼ ਨਹੀਂ ਕੀਤੀ ਕਿ ਸਾਡੇ ਨਾਲ ਕੁੱਟਮਾਰ ਕਿਉਂ ਕਰ ਰਹੇ? ਉਹ ਮੈਨੂੰ ਕਹਿੰਦੇ ਸੀਗੇ ਕਿ ਤੂੰ ਆਪਣਾ ਐਗਰੀਮੈਂਟ ਪੂਰਾ ਕਰ ਅਤੇ ਫਿਰ ਬਾਅਦ ਵਿੱਚ ਭਾਵੇਂ ਤੂੰ ਸਾਲ ਬਾਅਦ ਚੱਲ ਜਾਏ, 2 ਸਾਲਾਂ ਬਾਅਦ ਚੱਲ ਜਾਏ, ਉਹ ਤੇਰੀ ਮਰਜ਼ੀ ਆ। ਕਹਿੰਦੀ ਤੂੰ ਆਪਣਾ ਜਿਹੜਾ ਆ ਵੀਜ਼ਾ ਪੂਰਾ ਕਰ ਜਿਹੜਾ ਤੈਨੂੰ ਤੇਰਾ ਇਹਨਾਂ ਨੇ ਗਾਂਹ ਲਗਵਾਇਆ ਹੋਇਆ ਸਾਲ ਦਾ। ਅਤੇ ਜੇ ਮੈਂ ਘਰਦਿਆਂ ਨਾਲ ਉਹ ਗੱਲ ਕਹਿੰਦੀ ਸੀਗੀ ਅਤੇ ਉਹ ਫਿਰ ਮੈਨੂੰ ਕਹਿੰਦੇ ਸੀ ਗਾਮੇ ਦੇ ਪੈਸੇ ਭਰ 2.5-3 ਲੱਖ ਰੁਪਈਆ, ਅਤੇ ਜਦਕਿ ਇੰਨੇ ਪੈਸੇ ਨਹੀਂ ਸੀਗੇ। ਵਾਪਸੀ ਹੋਈ ਹੈ, ਕਿਵੇਂ ਮਹਿਸੂਸ ਕਰਦੇ? ਹਾਂਜੀ, ਵਧੀਆ, ਆਪਣੇ ਘਰ ਵਿੱਚ ਖੁਸ਼ ਆ, ਵਧੀਆ ਠੀਕ ਠਾਕ ਆ ਹਾਲੇ ਵੀ। ਪਰ ਮੇਰੇ ਦਿਮਾਗ 'ਤੇ ਉਹ ਜਿਹੜੀਆਂ ਚੀਜ਼ਾਂ ਨਹੀਂ ਨਿਕਲ ਰਹੀਆਂ ਹੈਗੀਆਂ, ਡਿਪਰੈਸ਼ਨ ਬਹੁਤ ਜ਼ਿਆਦਾ ਪਿਆ ਹੋਇਆ ਆ, ਇਸ ਕਰਕੇ ਮੇਰੇ ਦਿਲ 'ਤੇ ਵੀ ਜਿਹੜਾ ਆ ਉਹ ਅਸਰ ਪਿਆ ਹੋਇਆ, ਦਰਦ ਕਰਦਾ ਰਹਿੰਦਾ 24 ਘੰਟੇ, ਅਤੇ ਸਿਰ 'ਚ ਵੀ ਦਰਦਾਂ ਹੁੰਦੀਆਂ ਰਹਿੰਦੀਆਂ ਆ। ਮੈਂ ਇਹੀ ਗੱਲ ਕਹਿੰਦੀ ਹਾਂ ਕਿ ਜਿਹੜਾ ਫੋਰਨ ਕੰਟਰੀਆਂ ਦੇ ਵਿੱਚ ਇਹ ਜਾਂਦੀਆਂ, ਲਾਲਚ ਦਿੰਦੇ ਪਏ ਲੋਕ ਕਿ ਤੁਹਾਨੂੰ ਇੰਨੇ ਪੈਸੇ ਦਿੱਤੇ ਜਾਣਗੇ, ਵੀ ਇਸ ਕਰਕੇ ਤੁਸੀਂ ਨਾ ਜਾਓ ਬਾਹਰ, ਆਪਣੇ ਆਪ ਨੂੰ ਬਚਾਓ, ਜਿਹੜਾ ਵੀ ਆ ਕੰਮ ਤੁਸੀਂ ਘੱਟ ਖਾ ਲਓ ਰੋਟੀ ਅਤੇ ਆਪਣੇ ਇੰਡੀਆ ਵਿੱਚ ਹੀ ਰਹੋ ਅਤੇ ਇੱਥੇ ਕੰਮ ਰਹਿ ਕੇ ਕਰੋ, ਬਾਹਰ ਨਾ ਜਾਓ। ਅਸੀਂ ਇਹ ਸੋਚ ਕੇ ਗਏ ਸੀ ਕਿ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਬੇਬੀ ਕੇਅਰ ਕਰਨੀ ਹੈ, ਜਾ ਕੇ ਬੱਚੇ ਸੰਭਾਲਣੇ ਆ। ਅਤੇ ਜਦੋਂ ਅਸੀਂ ਅੰਦਰ ਗਏ ਹਾਂ ਉੱਥੇ ਜਾ ਕੇ ਸਾਨੂੰ ਉਹਨਾਂ ਨੇ ਪਾਸਪੋਰਟ ਵੀ ਖੋਲਿਆ, ਫੋਨ ਵੀ ਖੋਲਿਆ, ਸਾਨੂੰ ਲੌਕ ਲਾ ਦਿੱਤਾ। ਫਿਰ 2 ਦਿਨ ਦੇ ਬਾਅਦ ਸਾਨੂੰ ਨੀਚੇ ਲੈ ਕੇ ਗਏ, ਫਿਰ ਉੱਥੇ ਸਾਨੂੰ ਖੜੇ ਕਰਕੇ ਸਾਡੀ ਵੀਡੀਓ ਫੋਟੋ ਬਣਾਈਆਂ ਗਈਆਂ ਕਿ ਤੁਹਾਨੂੰ ਕੰਮ 'ਤੇ ਭੇਜਣਾ ਆ। ਉੱਥੇ ਕੋਈ ਲੇਡੀਜ਼ ਨਹੀਂ ਆਉਂਦੀ, ਬੰਦੇ ਹੀ ਆਉਂਦੇ ਆ, ਬੰਦੇ ਆਉਂਦੇ ਲੈਣ ਕੁੜੀਆਂ ਨੂੰ। ਫਿਰ ਉਹ ਜਦੋਂ ਕੁੜੀਆਂ ਕੰਮ 'ਤੇ ਜਾਂਦੀਆਂ ਉਹਨਾਂ ਦੇ ਨਾਲ ਗਲਤੀ ਕਰਦੇ, ਉਹ ਦੂਸਰੇ ਦਿਨ ਜਾਂ ਤੀਸਰੇ ਦਿਨ ਵਾਪਸ ਆ ਕੇ
ਫਿਰ ਰੋਂਦੀਆਂ ਬਹੁਤ ਆ, ਕੋਈ ਕੁੜੀਆਂ ਦਾ ਕੰਮ ਨਹੀਂ ਆ, ਇਹ ਰਿਕੁਐਸਟ ਆ ਕਿ ਕੁੜੀਆਂ ਉਮਾਨ ਦੇ ਵਿੱਚ ਨਾ ਜਾਣ। ਤੁਸੀਂ ਕਿੱਥੇ ਗਏ? ਅਸੀਂ ਉਮਾਨ ਗਏ ਸੀ, ਸਾਨੂੰ ਭੇਜਿਆ ਹੀ ਮਾਸਕਟ ਬੋਲਦੇ, ਕਹਿੰਦੇ ਸੀ ਬੇਬੀ ਕੇਅਰ ਕਰਨੀ ਆ, ਤਾਂ ਸਾਨੂੰ ਅੱਗੇ ਲੈ ਜਾ ਕੇ ਸਾਨੂੰ ਇੱਕ ਰੂਮ 'ਚ ਤਾੜ ਦਿੱਤਾ ਬਾਰਡਰ ਲੱਗ ਗਏ। ਕੌਣ ਕੌਣ ਗਿਆ ਸੀ ਤੁਹਾਡੇ ਨਾਲ? ਮੇਰੇ ਮੈਂ ਸੀ, ਮੇਰੇ ਵੱਡੇ ਸਿਸਟਰ ਸੀਗੇ। ਹਾਂਜੀ, ਕਿਹੜੇ ਮਹੀਨੇ ਗਏ? ਅਸੀਂ ਆਹੀ ਮਹੀਨੇ ਗਏ ਸੀਗੇ, 16 ਤਰੀਕ ਨੂੰ ਗਏ ਸੀਗੇ। ਜਿੱਦੇ ਕਹਿੰਦੇ ਕਿ ਕੋਈ ਏਜੰਟ ਸੀ? ਹਾਂਜੀ, ਸਰਬਜੀਤ ਕੌਰ ਸਾਡੇ, ਜਿੱਦਾਂ ਸਾਡੇ ਪਿੰਡ ਤੋਂ ਹੀ ਕੋਈ ਕੁੜੀ ਸੀਗੀ, ਉਹਦੀ ਗਾਂ ਫਰੈਂਡ ਸੀ, ਉਹ ਕਹਿੰਦੀ ਇਹ ਵਧੀਆ ਕੰਮ ਤੇ ਲਵਾਉਂਦੀ, ਕਹਿ ਕੇ ਸਾਨੂੰ ਕੁਛ ਹੋਰ ਉੱਥੇ ਹੁੰਦਾ ਕੁੜੀਆਂ ਨਾਲ, ਕੁਛ ਹੋਰ ਆ, ਗਲਤ ਕਰਦੇ ਕੁੜੀਆਂ ਨੂੰ। ਕਿਹੜੇ ਵੀਜ਼ੇ ਲੈ ਕੇ ਗਏ ਤੁਹਾਨੂੰ? 1 ਮਹੀਨੇ ਦਾ ਟੂਰਿਸਟ ਵੀਜ਼ੇ ਤੇ। ਜਦੋਂ ਬੇਬੀ ਕੇਅਰ ਦੀ ਗੱਲ ਹੋਈ ਤੁਸੀਂ ਇਹ ਨਹੀਂ ਕਿਹਾ ਕਿ ਸਾਨੂੰ ਵਰਕ ਪਰਮਿਟ ਦਵਾਓ ਉੱਥੇ ਦਾ? ਨਹੀਂ, ਅਸੀਂ ਤੇ ਕੋਈ ਗੱਲ ਨਹੀਂ ਹੋਈ, ਉਹ ਕਹਿੰਦੇ ਜਾ ਕੇ ਦੇਖਦੇ ਆ। ਕਿੰਨੀ ਤਨਖਾਹ ਦਾ ਤੁਹਾਨੂੰ ਕਿਹਾ ਗਿਆ? ਸਾਨੂੰ ਉਹਨਾਂ ਨੇ 30-35 ਹਜ਼ਾਰ ਰੁਪਿਆ ਕਿਹਾ ਸੀ ਸੈਲਰੀ ਖਰਚਾ, ਉਹਨਾਂ ਨੇ ਸਾਤੋਂ 20-20 ਹਜ਼ਾਰ ਮੰਗਿਆ ਸੀ ਪਹਿਲੀ ਸੈਲਰੀ ਚੋਂ, ਕਹਿੰਦੇ 20-20 ਹਜ਼ਾਰ ਰੁਪਿਆ ਸਾਨੂੰ ਦੇ ਦਿਓ। ਹੁਣ ਤੁਸੀਂ ਵਾਪਸ ਆਏ ਹੋ, ਕਿਵੇਂ ਵਾਪਸ ਪਹੁੰਚੇ ਹੋ ਭਾਰਤ? ਅਸੀਂ ਬਾਬਾ ਜੀ ਦੀ ਕਿਰਪਾ ਦੇ ਨਾਲ ਇੱਧਰ ਵਾਪਸ ਆਏ ਹਾਂ। ਬਾਬਾ ਜੀ ਨਾਲ ਤੁਹਾਡਾ ਸੰਪਰਕ ਕਿਵੇਂ ਸਾਧਿਆ ਗਿਆ? ਬਾਬਾ ਜੀ ਨਾਲ ਮੇਰੇ ਹਸਬੈਂਡ ਨੂੰ ਕਿਸੇ ਨੇ ਦੱਸਿਆ ਸੀ ਇੱਧਰ ਦੇ ਕਰਕੇ ਬਾਬਾ ਜੀ ਕੁੜੀਆਂ ਕਢਵਾਉਂਦੇ ਆ, ਫਿਰ ਅਸੀਂ ਬਾਬਾ ਜੀ ਨਾਲ ਸੰਪਰਕ ਕੀਤਾ, ਬਾਬਾ ਜੀ ਦੀ ਕਿਰਪਾ ਨਾਲ ਅਸੀਂ ਅੱਜ ਆਪਣੇ ਬੱਚਿਆਂ 'ਚ ਰਾਜ਼ੀ ਖੁਸ਼ੀ। ਤੁਸੀਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਕਿ ਪੁਲਿਸ ਨੇ ਤੁਹਾਡੇ ਕੋਈ ਪੈਸੇ ਨਹੀਂ ਮੰਗੇ? ਹਾਂਜੀ ਹਾਂਜੀ, ਪੁਲਿਸ ਵਾਲਿਆਂ ਨੇ ਸਾਤੋਂ ਪੈਸੇ ਲਿਆ, 40 ਹਜ਼ਾਰ ਰੁਪਇਆ ਉਹਨਾਂ ਨੇ ਰਿਪੋਰਟ ਦਿੱਤੀ ਬਾਬਾ ਜੀ ਵੱਲੋਂ ਕਿਹਾ ਸੀ, ਉਹਨਾਂ ਨੇ ਫੇਰ ਵੀ ਕਿਹਾ ਵੀ ਕੁੜੀ ਨੂੰ 40 ਹਜ਼ਾਰ ਰੁਪਇਆ ਦਿਓ, ਤੁਹਾਡੀਆਂ ਕੁੜੀਆਂ ਫੇਰ ਮੰਗਵਾਉਣੀਆਂ, ਪਹਿਲਾਂ ਟਿਕਟਾਂ ਕਰਵਾਈਆਂ ਉਹ ਸਾਡੀਆਂ ਟਿਕਟਾਂ ਇੱਦਾਂ ਮਿੱਟੀ ਹੋ ਗਈਆਂ, ਨਹੀਂ ਸਾਨੂੰ ਬਾਹਰ ਕੱਢਿਆ ਗਿਆ, ਫਿਰ ਦੂਸਰੀ ਵਾਰ ਅਸੀਂ ਟਿਕਟਾਂ ਕਰਵਾਈਆਂ, ਫਿਰ ਸਾਨੂੰ ਉਹਨਾਂ ਨੇ 40 ਹਜ਼ਾਰ ਰੁਪਇਆ ਲੈ ਕੇ ਬਾਹਰ ਕਢਵਾਇਆ, ਹੁਣ ਸਾਤੋਂ ਹੋਰ ਪੈਸਿਆਂ ਦੀ ਮੰਗ ਕਰਦੇ ਪਏ ਆ, ਜੋ ਕਿ ਅਸੀਂ ਗਰੀਬ ਹਾਂ, ਅਸੀਂ ਪੈਸੇ ਨਹੀਂ ਦੇ ਸਕਦੇ। 40 ਹਜ਼ਾਰ ਕਿਹਨੇ ਲਿਆ ਤੁਹਾਡੇ ਕੋਲ? 40 ਹਜ਼ਾਰ ਸਰਬਜੀਤ ਨੇ ਲਿਆ, ਥਾਣੇ ਪੁਲਿਸ ਵਾਲਿਆਂ ਨੇ ਕਿਹਾ ਸੀ ਵੀ ਇਹਨੂੰ 40 ਹਜ਼ਾਰ ਦੇ ਦਿਓ, ਤੁਹਾਡੀਆਂ ਕੁੜੀਆਂ ਫੇਰ ਇੱਧਰ ਭੇਜ ਦੂਗੀ ਇਹ, 40 ਹਜ਼ਾਰ ਰੁਪਇਆ ਅਸੀਂ ਦੇ ਦਿੱਤਾ ਸੀ ਮੇਰੇ ਹਸਬੈਂਡ ਨੇ ਕਰਕੇ ਜਿੱਥੋਂ ਮਰਜ਼ੀ ਮੇਰੇ ਮੰਮਾ ਉਹਨਾਂ ਨੇ, ਤਾਂ ਹੁਣ ਹੋਰ ਪੈਸੇ, ਹਾਂਜੀ ਹੋਰ ਪੈਸਿਆਂ ਦੀ ਮੰਗ ਕਰਦੇ ਪਿਆ, ਜੋ ਕਿ ਅਸੀਂ ਨਹੀਂ ਦੇ ਸਕਦੇ, ਅਸੀਂ ਗਰੀਬ ਹਾਂ। ਜਿਹੜਾ ਹੋਰ ਕਿਸੇ ਕਿਸਮ ਦਾ ਤਸ਼ੱਦਦ ਤੜਦੇ ਹੋਇਆ ਉੱਥੇ? ਔਰ ਕੁਛ ਨਹੀਂ, ਅਸੀਂ ਕੰਮ ਤੇ ਅੰਦਰ, ਸਾਨੂੰ ਰੂਮ 'ਚ ਤਾੜ ਲਿਆ ਸੀ ਉਹਨਾਂ ਨੇ, ਜਾਂਦੇ ਨੇ ਜੋ ਸਾਨੂੰ ਉੱਥੇ, ਅਸੀਂ ਅੰਦਰ ਗਏ ਕੁੜੀ ਕੋਲ ਚੋਰੀ ਫੋਨ ਸੀਗਾ, ਅਸੀਂ ਉੱਥੋਂ ਜਦੋਂ ਸਾਨੂੰ ਅੰਦਰ ਗਏ, ਸਾਨੂੰ ਦੱਸਿਆ ਵੀ ਕੁੜੀਆਂ ਨਾਲ ਇੱਦਾਂ ਹੁੰਦੀ ਪਈ, ਉੱਥੇ 10-15 ਕੁੜੀਆਂ ਸੀ, ਬਹੁਤ ਰੋਂਦੀਆਂ ਸੀ, ਸਾਨੂੰ ਸਾਰੀਆਂ ਕਹਿੰਦੇ ਸੀ ਉਹਨੇ ਚਲ ਜਾਓ, ਫਿਰ ਅਸੀਂ ਉਹਦੇ ਫੋਨ ਤੋਂ ਚੋਰੀ ਫੋਨ ਲਾਇਆ, ਜਿਹੜੀ ਕੁੜੀ ਨੇ ਸਾਨੂੰ ਭੇਜਿਆ ਸੀ ਉਹਨੇ ਗਾਂਹ ਚੱਕ ਕੇ ਏਜੰਟ ਨੂੰ ਕਾਨਫਰੰਸ ਲਾਤੀ, ਤੇ ਫਿਰ ਉਹਨੇ ਉਸ ਕੁੜੀ ਦਾ ਸਕਰੀਨਸ਼ਾਟ ਲੈ ਕੇ ਮੈਡਮ ਨੂੰ, ਉੱਥੇ ਵਾਲੀ ਮੈਡਮ ਨੂੰ ਸੈਂਡ ਕਰ ਦਿੱਤਾ, ਕੈਨੀਆ ਦੀ ਮੈਡਮ ਸੀ ਇੱਦਾਂ ਹੀ, ਉਹ ਸੈਂਡ ਕਰਕੇ ਫਿਰ ਉਹਨਾਂ ਨੇ ਉਸ ਕੁੜੀ ਦੇ ਥੱਪੜ ਮਾਰੇ, ਉਹਨੂੰ ਕੁੱਟਿਆ ਇੱਧਰ ਉੱਧਰ, ਉਹਦੇ ਇੱਥੇ ਲਾਸ਼ਾਂ ਵੀ ਪਈਆਂ ਸੀ, ਉੱਥੋਂ ਖੋਹ ਕੇ ਫੋਨ ਲੈ ਲਿਆ ਵੀ ਇੰਡੀਆ ਵਾਲਿਆਂ ਨੂੰ ਫੋਨ ਕਿਹਨੇ ਦਿੱਤਾ, ਫਿਰ ਇੱਦਾਂ ਉਸ ਦਿਨ ਤੋਂ ਸਾਨੂੰ ਲੋਕ ਹੀ ਲਾਇਆ ਹੋਇਆ ਸੀ, ਖਾਣਾ ਵੀ ਨਹੀਂ ਦਿੰਦੇ ਸੀ ਇੰਡੀਆ ਵਾਲਿਆਂ ਨੂੰ, ਖਾਣਾ ਨਹੀਂ ਦੇਣਾ ਦਿੰਦੇ ਸੀ। ਹੁੰਦਾ ਕੀ ਜਾ ਕੇ ਉੱਥੇ ਤੁਹਾਨੂੰ ਵੇਚ ਦਿੱਤਾ ਜਾਂਦਾ? ਹਾਂਜੀ, ਉੱਥੇ ਇੱਦਾਂ ਹੀ ਕਰਦੇ, ਕਹਿ ਕੇ ਕੰਮ ਦਾ ਮੁੜ ਕੇ ਅੱਗੇ ਭੇਜ ਦਿੰਦੇ, ਉੱਥੇ ਜਿਸ ਘਰ 'ਚ ਜਾਂਦੇ ਆ ਉੱਥੇ ਵੀ ਕੁੜੀਆਂ ਨਾਲ ਰੋਂਗ ਹੀ ਹੁੰਦਾ, ਉੱਥੋਂ ਵੀ ਫੋਨ ਖੋਲ ਲੈਂਦੇ ਆਪਣੀ ਮਰਜ਼ੀ ਨਾਲ ਫੋਨ ਦਿੰਦੇ ਆ, ਬਾਕੀ ਜਿਹੜੀਆਂ ਕੁੜੀਆਂ ਕੰਮ ਤੇ ਗਈਆਂ ਉਹਨਾਂ ਨਾਲ ਗਲਤੀ ਹੋਇਆ, ਉਹਨਾਂ ਨੇ ਸਾਨੂੰ ਦੱਸਿਆ। ਹੋਰ ਕਿੰਨੀਆਂ ਕੁੜੀਆਂ ਉੱਥੇ ਫਸੀਆਂ? ਉੱਥੇ ਕੁੜੀਆਂ ਹੈਗੀਆਂ ਅਲੱਗ ਅਲੱਗ, ਇੱਦਾਂ 15 ਇਸ ਰੂਮ 'ਚ ਆ, 15 ਇਸ ਰੂਮ 'ਚ ਆ, ਉਹਨਾਂ ਦੇ ਇੱਦਾਂ ਰੂਮ ਬਣਾਏ ਹੋਏ, ਆਫਿਸ ਆ ਨਾਲ ਦੀ ਨਾਲ, ਉਹ ਫਰੈਂਡਸ ਸੀ ਉਹਨਾਂ ਦਾ, ਇਹੀ ਕੰਮ ਚੱਲਦਾ। ਕਾਰਵਾਈ ਦੀ ਮੰਗ ਕਰਦੇ ਹੋ ਹੁਣ? ਹਾਂਜੀ ਹਾਂਜੀ, ਅਸੀਂ ਕਾਰਵਾਈ ਦੀ ਮੰਗ ਕਰਦੇ, ਅੱਗੇ ਤੋਂ ਕੋਈ ਹੋਰ ਕੁੜੀ ਨਾ ਜਾਵੇ, ਜਿੱਦਾਂ ਅਸੀਂ ਤੇ ਸਹੀ ਸਲਾਮਤ ਵਾਪਸ ਆ ਗਏ, ਉੱਥੇ ਕੁੜੀਆਂ ਬਹੁਤ ਤੰਗ ਆ, ਬਹੁਤ ਰੋਂਦੀਆਂ ਆ। ਜਿਹੜੀਆਂ ਹੋਰ ਕੁੜੀਆਂ ਸੀ ਉਹ ਸਾਰੀਆਂ ਪੰਜਾਬ ਦੀਆਂ? ਪੰਜਾਬ ਦੀਆਂ ਸੀ, ਅਲੱਗ ਅਲੱਗ ਕੰਟਰੀ ਦੀਆਂ ਸੀ, ਅਲੱਗ ਅਲੱਗ ਸਾਰੀ ਕੰਟਰੀਆਂ ਦੀ, ਕਿਸੇ ਤੋਂ 6 ਲੱਖ, ਕਿਸੇ ਤੋਂ 10 ਲੱਖ, ਸਾਡੇ ਤੋਂ 1,70,000 ਰੁਪਇਆ ਮੰਗਿਆ ਸੀ ਫਿਰ ਸਾਨੂੰ ਇੰਡੀਆ ਵਾਪਸ ਬੁਲਾਉਣ ਦਾ, ਅਸੀਂ ਬਾਬਾ ਜੀ ਨਾਲ ਗੱਲ ਕੀਤੀ ਸੀ ਤੇ ਬਾਬਾ ਜੀ ਨੇ ਸਾਡੀ, ਬਾਬਾ ਜੀ ਨੇ ਜਿਹੜਾ ਤੁਹਾਨੂੰ ਵਾਪਸ ਭੇਜਿਆ ਘਰ 'ਚ, ਕਿਸ ਤਰ੍ਹਾਂ ਮਾਹੌਲ ਘਰ 'ਚ, ਮਾਹੌਲ ਕਿੱਦਾਂ ਤੁਹਾਡਾ ਵਾਪਸੀ ਤੋਂ ਬਾਅਦ, ਘਰ ਕਿਹੋ ਜਿਹਾ ਮਾਹੌਲ ਹੈ ਤੇ? ਹਾਂਜੀ ਠੀਕ ਆ, ਹੁਣ ਖੁਸ਼ ਨੇ। ਮੈਂ ਜਨਵਰੀ 'ਚ ਗਈ ਸੀਗੀ, 8 ਮਹੀਨੇ ਹੋ ਗਏ, 9 ਮਹੀਨੇ ਹੋ ਗਏ, 8ਵੇਂ ਮਹੀਨੇ 'ਚ ਮੈਂ ਵਾਪਸ ਆਈ ਹਾਂ, ਇਹ ਸੋਚ ਕੇ ਗਈ ਸੀ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ, ਮੈਨੂੰ ਨਹੀਂ ਸੀ ਪਤਾ ਸੀ ਮੈਨੂੰ ਉਹਨਾਂ ਨੇ ਫਸਾ ਦਿੱਤਾ ਜਾਊਗਾ। ਕਿਹੜੀ ਜਗ੍ਹਾ ਗਏ ਸੀ? ਮੈਂ ਮਾਸਕਟ ਗਈ ਸੀ ਉਮਾਨ।
ਕੀ ਕੰਮ ਦਾ ਤੁਹਾਨੂੰ ਕਿਹਾ ਗਿਆ ਸੀ ਉੱਥੇ? ਮੈਨੂੰ ਉੱਥੇ ਆਫਿਸ ਦੇ ਮਤਲਬ ਕਿ ਫਾਈਲਸ ਦੇ ਵਿੱਚ ਕਿਹਾ ਸੀ ਜਾਂ ਮਤਲਬ ਕਿ ਫੋਨ ਅਟੈਂਡ ਕਰਨੇ ਪੈਣਗੇ ਜਾਂ ਫਾਈਲਸ ਇੱਧਰ ਉੱਧਰ ਕਰਨੀਆਂ ਪੈਣਗੀਆਂ, ਬਟ ਮੈਨੂੰ ਨਹੀਂ ਸੀ ਪਤਾ ਉਹਨਾਂ ਨੇ ਮੈਨੂੰ ਹਾਊਸਮੇਟ ਦੇ ਜੋਬ 'ਚ ਲਗਾ ਦੇਣਾ ਹੈਗਾ ਵਾ। ਅਤੇ ਉਹਨਾਂ ਨੇ ਵੀ ਮੈਨੂੰ ਐਵੇਂ ਲੋਕ ਹੀ ਲਗਾ ਕੇ ਰੱਖੇ ਸੀ, ਖਾਣਾ ਦਾਣਾ ਕੁਛ ਨਹੀਂ ਦਿੰਦੇ ਸੀ, ਫੋਨ ਵੀ ਉਹਨਾਂ ਨੇ ਜ਼ਬਤ ਕਰ ਲਏ ਸੀਗੇ। ਅਤੇ ਬਾਅਦ ਵਿੱਚ ਬਸ ਇੱਦਾਂ ਉੱਥੇ ਮਿਸਹੇਵ ਜਿੱਦਾਂ ਕਰਦੇ ਨੇ ਉੱਦਾਂ ਹੁੰਦਾ ਸੀਗਾ। ਸਾਰੀਆਂ ਹਰ ਇੱਕ ਲੜਕੀਆਂ ਨੇ ਕਿਹਾ ਸੀ ਤੂੰ ਵਾਪਸ ਜਾਣਾ, ਦੌੜੀਆਂ ਵੀ ਕਾਫੀ ਲੜਕੀਆਂ ਉੱਥੋਂ ਗਿਰ ਕੇ, ਇੱਕ ਲੜਕੀ ਦੇ ਸੱਟਾਂ ਵੀ ਲੱਗੀਆਂ ਕਾਫੀ, 15-20 ਲੜਕੀਆਂ ਉੱਥੋਂ ਦੌੜੀਆਂ ਉਸੇ ਆਫਿਸ ਵਿੱਚੋਂ। ਕੁੱਟਮਾਰ ਵੀ ਕੀਤੀ ਜਾਂਦੀ ਰਹੀ? ਹਾਂਜੀ, ਕੁੱਟਮਾਰ ਉੱਥੇ ਕਰਦੇ ਰਹੇ ਨੇ। ਕਿੰਨੀਆਂ ਕੁ ਲੜਕੀਆਂ ਉੱਥੇ ਹੋਣਗੀਆਂ? ਕਾਫੀ ਲੜਕੀਆਂ ਹੈਗੀਆਂ, ਜੇ ਪਰ ਜਿਸ ਰੂਮ 'ਚ ਅਸੀਂ ਬੰਦ ਸੀ ਉੱਥੇ ਸਾਰੀਆਂ ਨੇ ਏਕਾ ਕਰ ਲਿਆ ਸੀ ਕਿ ਅਸੀਂ ਦੌੜਨਾ ਹੈ, ਤਾਂ ਅਸੀਂ ਉੱਥੋਂ ਦੌੜੀਆਂ ਵੀ ਸੀਗੀਆਂ। ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਅਸੀਂ ਤਾਂ ਮਤਲਬ ਐਮਬੈਸੀ ਕੰਪਲੀਟ ਕਰਾ ਕੇ ਤੋਂ ਬਾਅਦ ਅਸੀਂ ਗੁਰਦੁਆਰੇ ਉੱਥੇ ਸਾਨੂੰ ਉਹਨਾਂ ਨੇ ਛਤਰਛਾਇਆ 'ਚ ਰੱਖਿਆ। ਬਾਬਾ ਜੀ ਨੇ ਕਿਹਦਾ ਸੰਪਰਕ ਹੋਇਆ ਤੁਹਾਡਾ? ਇਹ ਮੇਰੇ ਹਸਬੈਂਡ ਜੀ ਨੇ, ਇਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਨੇ। ਜਦੋਂ ਗਏ ਸੀ ਕੀ ਰਹਿ ਗਏ ਸੀ ਬਾਹਰ, ਕੀ ਗੱਲਬਾਤ ਹੋਈ ਸੀ ਤੁਹਾਡੇ ਜਾਣ ਲੱਗੇ? ਏਜੰਟ ਸੀ ਲੁਧਿਆਣੇ ਤੋਂ, ਉਹਨਾਂ ਨੇ ਮਤਲਬ ਕੀ ਕਿਹਾ ਸੀ ਕਿ ਵਧੀਆ ਹੋਊਗਾ ਉੱਥੇ ਸਾਰਾ ਕੁਛ। ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਝੂਠ ਬੋਲ ਕੇ ਉੱਥੇ ਵਸਾ। ਤੁਹਾਡੇ ਕੋਲ? ਹਾਂਜੀ, ਮੇਰੇ ਕੋਲ 80,000 ਰੁਪਏ ਲਿਆ ਗਿਆ। ਉੱਥੇ ਹੁੰਦਾ ਕਿ ਉੱਥੇ ਜਾ ਕੇ ਵੇਚ ਦਿੱਤਾ ਜਾਂਦਾ ਹੈ ਲੜਕੀਆਂ? ਹਾਂਜੀ, ਜਦੋਂ ਮੈਨੂੰ ਉਹਨਾਂ ਨੇ ਨਾ ਹਾਊਸਮੇਟ ਦੀ ਜੋਬ 'ਚ ਭੇਜ ਦਿੱਤਾ ਸੀ, ਫਿਰ ਮੈਨੂੰ ਕਹਿੰਦੇ ਸੀ ਤੁਹਾਨੂੰ ਕੋਈ ਨਹੀਂ ਮੈਂ ਢੂੰਡ ਕੇ ਰੱਖ ਦੇਵਾਂਗੇ ਕੰਮ, ਅਤੇ ਤੁਸੀਂ ਨਾ ਮਤਲਬ ਕਿ ਹਾਊਸਮੇਟ 'ਚ ਚਲੇ ਜਾਓ ਹਲੇ। ਅਤੇ ਉਹਨਾਂ ਨੇ ਮੈਨੂੰ ਖੁਦ ਉਹਨਾਂ ਨੇ ਜਵਾਬ ਨੇ ਕਿਹਾ ਕਿ ਤੁਹਾਨੂੰ ਤੁਹਾਡੀ ਮੈਡਮ ਨੇ ਸਾਨੂੰ ਏਜੰਟਾਂ ਨੇ ਸਾਨੂੰ ਵੇਚਿਆ ਆ ਗਾ। ਹਾਂਜੀ, ਫਿਰ ਤੁਸੀਂ ਕੀ ਕਿਹਾ ਉਹਨਾਂ? ਅਤੇ ਫਿਰ ਮੈਂ ਇਹਨਾਂ ਨਾਲ ਏਜੰਟ ਨੂੰ ਬੋਲਦੀ ਸੀ ਕਿ ਤੁਸੀਂ ਮੇਰੇ ਨਾਲ ਇੱਦਾਂ ਗਲਤ ਕੀਤਾ, ਤੁਸੀਂ ਮੈਨੂੰ ਵਾਪਸ ਮੰਗਵਾਓ। ਫਿਰ ਬਾਅਦ 'ਚ ਉਹ ਪੈਸੇ ਮੰਗ ਕਰਨ ਲੱਗ ਪਏ ਸੀਗੇ। 3 ਲੱਖ, ਕਦੇ 2 ਲੱਖ ਰੁਪਏ ਮੰਗਦੇ ਸੀਗੇ ਛੱਡਣ ਦਾ, ਨਹੀਂ ਤਾਂ ਫਿਰ ਮਾਰ ਕੇ ਸੁੱਟ ਦੇਵਾਂਗੇ ਇਹਨੂੰ। ਹਾਂਜੀ, ਕਾਰਵਾਈ ਦੀ ਮੰਗ ਕਰਦੇ? ਹਾਂਜੀ, ਕਾਰਵਾਈ ਤਾਂ ਹੁਣ ਹੋਣੀ ਚਾਹੀਦੀ, ਪਰ ਉਹ ਏਜੰਟਾਂ ਦੀ ਸਪੋਰਟ ਵੀ ਹੈਗੀ ਹੈ, ਜੇ ਕਹਿੰਦੇ ਛੁਡਾਉਣ ਵਾਲੇ ਵੀ ਹੈਗੇ ਨੇ, ਅਤੇ ਜਿਹੜੇ ਏਜੰਟ ਆ ਨਾ ਉਹਨਾਂ ਦੇ ਵੀ ਬਹੁਤ ਸਪੋਰਟਰ ਹੈਗੇ ਆ। ਕੀ ਲੱਗਦਾ ਕਿ ਪੂਰਾ ਨੈਕਸਸ ਕੰਮ ਕਰ ਰਹੇ ਆ ਇਸ ਪਿੱਛੇ ਸਾਰੇ? ਮੈਨੂੰ ਪੂਰਾ ਹੈਗਾ ਵਿੱਚ ਹੀ ਹੈ, ਸਾਰੀ ਮਿਲੀ ਮਿਲੀ ਭਗਤੀ ਹੈ ਮੈਨੂੰ ਲੱਗਦਾ ਇਹਨਾਂ ਦੀ ਤਾਂ। ਏਜੰਟ ਦਿਮਾਗ ਦੇ ਨਾਲ ਚੱਲਦਾ। ਪਹਿਲੀ ਗੱਲ ਤਾਂ ਇੱਥੇ ਜਿਹੜੀ ਬੇਰੋਜ਼ਗਾਰੀ, ਇੱਥੇ ਸਭ ਕੁਛ ਮਿਲੇ ਤਾਂ ਲੋੜ ਹੀ ਨਹੀਂ ਹੈਗੀ ਕੁੜੀਆਂ ਨੂੰ ਬਾਹਰ ਜਾਂ ਮੁੰਡਿਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਹੈਗੀ। ਇਹ ਤਾਂ ਥੋੜ੍ਹੀ ਆਪਣੀ ਸਰਕਾਰ ਨੂੰ ਵੀ ਚਾਹੀਦਾ ਨਾ, ਇੱਥੇ ਸਾਰਾ ਕੁਛ, ਜਿਹੜੇ ਇੰਨੇ ਐਜੂਕੇਟਡ ਬੱਚੇ ਬੈਠੇ ਹੋਏ ਆ ਉਹਨਾਂ ਵਾਸਤੇ ਜੋਬ ਵੀ ਹੈ ਨਹੀਂ। ਅਤੇ ਇੱਦਾਂ ਹੀ ਗੱਲਾਂ ਕਰ ਕਰਕੇ ਬਸ ਆਪਣੇ ਸੋਹਣੇ ਭਵਿੱਖ ਵਾਸਤੇ ਬੱਚੇ ਬਾਹਰ ਜਾਂਦੇ ਨੇ, ਕਿਉਂ ਜਾ ਰਹੇ ਨੇ? ਇੱਥੇ ਸਰਕਾਰ ਨੂੰ ਵੀ ਥੋੜ੍ਹਾ ਚਾਹੀਦਾ ਸੀ ਨਾ ਕਿ ਇੱਥੇ ਕੰਮ ਦੇਖੋ ਜਾਂ ਕਿੱਦਾਂ ਨੇ। ਅਸੀਂ ਵੀ ਆਪਣੇ ਬੱਚਿਆਂ ਵਾਸਤੇ ਬਾਹਰ ਨਿਕਲ ਕਦਮ ਚੱਕਿਆ, ਸਾਨੂੰ ਨਹੀਂ ਪਤਾ ਸੀ ਅਸੀਂ ਫਸ ਜਾਵਾਂ। ਉਹਨੂੰ ਬੜੀ ਦੁੱਖ ਦੀ ਗੱਲ ਆ ਕਿ ਲਗਾਤਾਰ ਅਰਬ ਮੁਲਕਾਂ ਦੇ ਵਿੱਚ ਲੜਕੀਆਂ ਜਾ ਕੇ ਜਦੋਂ ਫਸ ਜਾਂਦੀਆਂ ਉਦੋਂ ਇੱਥੇ ਇਹਨਾਂ ਦੇ ਪੇਰੈਂਟਸ ਆਉਂਦੇ ਆ, ਅਤੇ ਜਿਨ੍ਹਾਂ ਦੇ ਕਰਕੇ ਇਹਨਾਂ ਦੀ ਪੈਰਵੀ ਕਰਕੇ ਹੁਣ ਤੱਕਰ 100 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੀਆਂ ਵਾਪਸ ਆ ਚੁੱਕੀਆਂ। ਅੱਜ ਜਿਹੜੀਆਂ ਹੈਗੀਆਂ 3 ਲੜਕੀਆਂ ਇੱਥੇ ਆਈਆਂ ਅਤੇ 9 ਲੜਕੀਆਂ ਕੋਲ ਜਿਹੜੀਆਂ ਹੈਗੀਆਂ ਹਫ਼ਤੇ ਦੇ ਵਿੱਚ ਵਾਪਸ ਆਈਆਂ, ਜਿਹਦੇ ਵਿੱਚ ਇੱਕ ਇਰਾਕ ਤੋਂ ਆ, ਇੱਕ ਕਤਰ ਤੋਂ ਆ, ਅਤੇ 7 ਮਾਸਕਟ 'ਚੋਂ ਆਈਆਂ। ਸੋ ਇਹਨਾਂ ਦੇ ਵਿੱਚ ਜਿਹੜੀ ਹੈਗੀ ਆ ਮੋਗਾ, ਫਿਰੋਜ਼ਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਤੋਂ ਇਹ ਸਾਰੀਆਂ ਲੜਕੀਆਂ। ਹੁੰਦਾ ਕੀ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੇ ਨਾਲ ਸੰਪਰਕ ਕਰਕੇ ਜਿਹੜੇ ਕੁਛ ਏਜੰਟ ਟਾਈਪ ਜਿਹੜੀ ਹੈ ਲੜਕੀਆਂ, ਅਤੇ ਉਹ ਇਹਨਾਂ ਨੂੰ ਜਿਹੜਾ ਹੈ
ਝਾਸਾ ਦੇ ਕੇ ਵੀ ਤੁਹਾਨੂੰ ਉੱਥੇ 40,000 50,000 ਰੁਪਇਆ ਤਨਖਾਹ ਮਿਲੂਗੀ, ਤੁਸੀਂ ਉੱਥੇ ਜਾ ਕੇ ਜਿਹੜਾ ਹੈ ਦਫ਼ਤਰ ਦਾ ਕੰਮ ਕਰਨਾ ਜਾਂ ਕੋਈ ਹੋਰ ਇਹੋ ਜਿਹਾ ਝਾਸਾ ਦੇ ਦਿੰਦੇ ਆ, ਅਤੇ ਉੱਥੇ ਜਾ ਇਹ ਟੂਰਿਸਟ ਵੀਜ਼ਾ ਲਵਾਉਂਦੇ ਆ ਅਤੇ ਉੱਥੇ ਲਿਜਾ ਕੇ ਗਾਂਹ ਇਹਨਾਂ ਨੂੰ ਵੇਚ ਦਿੰਦੇ ਆ। ਅਤੇ ਹੁਣ ਇਹਨਾਂ ਦੀ ਜਿਹੜੀ ਹੈਗੀ ਆ ਜਿੰਨੀਆਂ ਵੀ ਲੜਕੀਆਂ ਆਈਆਂ ਕਿ ਉੱਥੇ ਉਹਨਾਂ ਨੂੰ ਕਮਰਿਆਂ ਦੇ ਅੰਦਰ ਜਿਹੜਾ ਹੈ ਕੈਦ ਕਰ ਲੈਂਦੇ ਆ, ਬਾਹਰ ਨਹੀਂ ਨਿਕਲਣ ਦਿੰਦੇ, ਗੱਲ ਨਹੀਂ ਕਰਾਉਂਦੇ, ਜੇ ਕੰਮ 'ਤੇ ਵੀ ਕੋਈ ਜਾਂਦੇ ਆ ਅਤੇ ਉਹ ਕੰਮ ਵਾਲੇ ਉਹਨਾਂ ਨਾਲ ਮਿਸਬਿਹੇਵ ਕਰਦੇ ਆ, ਸੋ ਇੱਥੋਂ ਤਾਂ ਝਾਸਾ ਦੇ ਕੇ ਚਲੇ ਜਾਂਦੇ ਆ, ਪਰ ਉੱਥੇ ਜਦੋਂ ਪਤਾ ਲੱਗਦਾ ਉੱਥੇ ਲੜਕੀਆਂ ਹੋਰ ਵੀ ਜਿਹੜੀਆਂ ਹੈਗੀਆਂ ਉਹਨਾਂ ਦੱਸਦੀਆਂ, ਤਾਂ ਫਿਰ ਜਿਹੜਾ ਹੈਗਾ ਮਾਂ ਬਾਪ ਹੋਰ ਚਿੰਤਾ ਦੇ ਵਿੱਚ ਚਲੇ ਜਾਂਦਾ। ਸੋ ਅਸੀਂ ਕੋਸ਼ਿਸ਼ ਕਰਦੇ ਆਏ ਹਾਂ ਕਿ ਜਿੰਨੀਆਂ ਕਿ ਸਾਡੇ ਕੋਲ ਕੰਪਲੇਂਟਾਂ ਆਉਂਦੀਆਂ, ਅਤੇ ਅਸੀਂ ਧੰਨਵਾਦ ਕਰਦੇ ਹਾਂ ਇੰਡੀਅਨ ਅੰਬੈਸੀ ਦਾ ਜਿਹੜੇ ਲਗਾਤਾਰ ਇਹਨਾਂ ਲੜਕੀਆਂ ਨੂੰ ਵਾਪਸ ਲਿਆ ਰਿਹਾ। ਸੋ ਬੜੀ ਦੁੱਖ ਦੀ ਗੱਲ ਆ, ਅਸੀਂ ਇੱਥੇ ਕੰਪਲੇਂਟਾਂ ਵੀ ਇਹਨਾਂ ਕੋਲ ਕਰਾਉਂਦੇ ਹਾਂ, ਪਰ ਇਹਨਾਂ ਏਜੰਟਾਂ ਦੀ ਫੜਫੜਾਈ ਨਹੀਂ ਹੋ ਰਹੀ। ਜੇਕਰ ਇਹਨਾਂ ਏਜੰਟਾਂ ਨੂੰ ਫੜਿਆ ਜਾਵੇ ਤਾਂ ਇਹ ਧੰਦਾ ਰੁਕ ਸਕਦਾ। ਸੋ ਜਿਹੜਾ ਹੈ ਸਗੋਂ ਜਿਹੜਾ ਫਸ ਜਾਂਦਾ ਉਹਨੂੰ ਫਿਰ ਘਰਦਿਆਂ ਨੂੰ ਮਜਬੂਰ ਕਰਦੇ ਆ ਵੀ ਸਾਨੂੰ ਪੈਸੇ ਦਿਓ, ਅਤੇ ਜਿਹੜੇ ਉਹਨਾਂ ਕੋਲ ਪੈਸੇ ਵੀ ਫਿਰ ਵੀ ਦੁਬਾਰਾ ਲੈ ਲੈਂਦੇ ਆ। ਪਹਿਲਾਂ ਤਾਂ ਬੱਚੇ ਬਾਹਰ ਪੀੜਤਾ, ਫਿਰ ਘਰਦਿਆਂ ਕੋਲ ਵੀ ਪੈਸੇ ਲੈ ਲੈਂਦੇ ਆ। ਸੋ ਜਿਹੜੇ ਸਾਡੇ ਕੋਲ ਆਉਂਦੇ ਆ ਮਾਂ ਬਾਪ, ਅਸੀਂ ਉਹਨਾਂ ਦੀ ਕੋਸ਼ਿਸ਼ ਕਰਦੇ, ਉਹਨਾਂ ਨੂੰ ਕਹਿੰਦੇ ਹਾਂ ਵੀ ਤੁਸੀਂ ਪੈਸਾ ਕਿਸੇ ਨੂੰ ਨਹੀਂ ਦੇਣਾ, ਅਤੇ ਜੇ ਮੰਗਣ ਵੀ ਤਾਂ ਜਿਹੜੇ ਹੈਗੇ ਆ ਸਾਡੇ ਨਾਲ ਸੰਪਰਕ ਕਰੋ, ਅਤੇ ਇਹਨਾਂ ਦੇ ਉੱਤੇ ਪੁਲਿਸ ਨੂੰ ਦਰਖਾਸਤ ਵੀ ਦਿਓ। ਪਰ ਉਹ ਦਰਖਾਸਤ ਦੇਣ ਦੇ ਬਾਵਜੂਦ ਵੀ ਜਿਹੜੇ ਹੈਗੇ ਆ ਰਲ ਮਿਲ ਜਾਂਦੇ ਆ, ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ, ਇਸੇ ਕਰਕੇ ਜਿਹੜਾ ਧੰਦਾ ਜਿਹੜਾ ਰੁਕ ਨਹੀਂ ਰਿਹਾ। ਬੜੀ ਦੁੱਖ ਦੀ ਗੱਲ ਆ ਕਿ ਜਿਹੜਾ ਜਿਹੜੀ ਹੈਗੀ ਹੈ ਤਸਕਰੀ ਆ ਦੇ ਹੋ ਰਹੀ ਹੈ ਨਾ, ਮਨੁੱਖੀ ਤਸਕਰੀ ਦਾ ਕੇਸ ਇਹਨਾਂ 'ਤੇ ਬਣਦਾ, ਪਰ ਅਫਸੋਸ ਆ ਕਿ ਇਹਨਾਂ 'ਤੇ ਕੋਈ ਕਾਰਵਾਈ ਵੀ ਨਹੀਂ ਹੋ ਰਹੀ। ਅਸੀਂ ਤਾਂ ਜਿੰਨੇ ਵੀ ਆਉਂਦੇ ਸਾਰਿਆਂ ਨੂੰ ਦੱਸਿਆ, DGP ਸਾਹਿਬ ਨੂੰ ਆਪ ਮਿਲ ਕੇ ਆਏ ਹਾਂ, ਅਤੇ ਕਈ ਵਾਰ ਇਹ ਵੀ ਹੁੰਦਾ ਕਿ ਜਦੋਂ ਫਸੇ ਹੋਏ ਆ ਉਦੋਂ ਦਰਖਾਸਤ ਦੇ ਦਿੰਦੇ ਆ, ਜਦੋਂ ਬਾਅਦ ਵਿੱਚ ਬਿਆਨ ਲੈਣ ਜਾਂਦੇ ਆ ਕਈ ਵਾਰ ਕਹਿੰਦੇ ਵੀ ਅਸੀਂ ਵਾਪਸ ਆ ਗਏ ਹਾਂ ਹੁਣ ਅਸੀਂ ਕੀ ਕਰਨਾ, ਉਹ ਬਿਆਨ ਵੀ ਨਹੀਂ ਦਿੰਦੇ, ਕਿਉਂਕਿ ਦੋਵਾਂ ਪਾਸਿਆਂ ਦੇ ਵਿੱਚ ਨੁਕਸਾ, ਜੇ ਉਹਨਾਂ ਦੀ ਪੂਰੀ ਇਹਨਾਂ ਦੇ ਉੱਤੇ ਕੇਸ ਦਰਜ ਹੋਣ, ਇਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾਵੇ, ਅਸੀਂ ਕਹਿੰਦੇ ਕਿ ਇਹ ਗਾਂਹ ਹੀ ਰੁਕ ਜਾਣ, ਕਿਉਂਕਿ ਪਹਿਲਾਂ ਤਾਂ ਜਿਹੜੇ ਫਸੇ ਆ, ਪਰ ਇਹ ਸਾਰਾ ਕੁਛ ਹੋ ਨਹੀਂ ਰਿਹਾ। ਅਸੀਂ ਇਹਦੀ ਕੋਸ਼ਿਸ਼ ਕਰ ਰਹੇ ਹਾਂ, ਹੁਣ ਵੀ ਅਸੀਂ ਜਿਹੜਾ ਹੈਗਾ SSP ਨਾਲ ਗੱਲ ਕਰ ਰਹੇ ਹਾਂ ਕਿ ਜਿਹੜੇ ਜਿਹਨੇ ਇਹਨਾਂ ਐਪਲੀਕੇਸ਼ਨਾਂ ਦਿੱਤੀਆਂ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ, ਅਤੇ ਜਿਹੜੇ ਵੀ ਏਜੰਟ ਬੀਬੀਆਂ ਹੈਗੀਆਂ ਇਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ। ਰੁਕ ਇਸ ਕਰਕੇ ਨਹੀਂ ਕਿ ਇਹਨਾਂ ਦਾ ਗਰੋਹ ਬਣੇ ਹੋਇਆ, ਅਤੇ ਉੱਥੇ ਉੱਧਰ ਵੀ ਜਿਹੜੇ ਹੈਗੇ ਆ ਮੇਨ ਏਜੰਟ ਜਿਹੜੇ ਉਹ ਬਾਹਰ ਆ, ਅਤੇ ਇੱਥੇ ਥੋੜ੍ਹਾ ਬਹੁਤਾ ਲਾਲਚ ਦੇ ਕੇ ਪਿੰਡਾਂ ਦੇ ਵਿੱਚ ਇਹ ਟਾਰਗੇਟ ਕਰਦੇ ਆ ਗਰੀਬ ਪਰਿਵਾਰਾਂ ਨੂੰ, ਜਿਹਨਾਂ ਦਾ ਦੇਖ ਲਿਆ ਵੀ ਇਹ ਪਿੱਛੋਂ ਮੁੜ ਕੇ ਇਹਨਾਂ ਦੀ ਜਿਹੜੀ ਹੈਗੀ ਆ ਪੈਰਵਾਈ ਨਾ ਕਰ ਸਕਣ। ਉਹੋ ਜਿਹੇ ਪਰਿਵਾਰ ਅਸੀਂ ਨਹੀਂ ਦੇਖਿਆ ਕੋਈ ਵੀ, ਜਿੰਨੀਆਂ ਵੀ ਲੜਕੀਆਂ ਆਈਆਂ ਕੋਈ ਚੰਗੇ ਪਰਿਵਾਰ ਦੇ ਵਿੱਚੋਂ ਜਾਂ ਦੇ ਵਿੱਚੋਂ ਕੋਈ ਲੜਕੀ ਹੋਵੇ, ਸਾਰੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ, ਅਤੇ ਉਹਨਾਂ ਨੂੰ ਗਰੀਬ ਕਈ ਵਾਰ ਝਾਸੇ 'ਚ ਆ ਜਾਂਦਾ ਵੀ ਉੱਥੇ 40,000 ਮਹੀਨੇ ਦਾ ਆਈ ਜਾਊਗਾ, ਸਾਡਾ ਘਰ ਪਰਿਵਾਰ ਚੱਲੂਗਾ, ਸਾਡੇ ਘਰ ਪੈ ਜਾਊਗਾ, ਬੱਚੇ ਪੜ੍ਹ ਲੈਣਗੇ। ਜਾਂਦੇ ਤਾਂ ਹੈ ਚੰਗੇ ਵਾਸਤੇ, ਪਰ ਹੋ ਮੋਹਰੇ ਹੋ ਠੱਗੀ ਹੋ ਜਾਂਦੀ ਹੈ, ਅਤੇ ਟੂਰਿਸਟ ਵੀਜ਼ੇ ਦੇ ਉੱਤੇ ਲੈ ਜਾਂਦੇ ਆ, ਕਿਉਂਕਿ ਸਾਰਾ ਦੁਬਈ ਦਾ ਵੀ ਲੱਗਦਾ ਇਹਨਾਂ ਮੁਲਕਾਂ ਦਾ, ਅਤੇ ਉੱਥੇ ਲਿਜਾ ਕੇ ਇਹਨਾਂ ਦੀ ਜਿਹੜੀ ਹੈਗੀ ਆ ਮਨੁੱਖੀ ਸਮਗਲਿੰਗ ਇਹਨਾਂ ਦੀ ਕੀਤੀ ਜਾਂਦੀ ਆ। ਸੌ ਤੋਂ ਵੱਧ ਲੜਕੀਆਂ ਜਿਹੜੀਆਂ ਹੈਗੀਆਂ ਵਾਪਸ ਆ ਚੁੱਕੀਆਂ, 9 ਤਾਂ ਇਸੇ ਹਫ਼ਤੇ ਦੇ ਵਿੱਚ ਵਾਪਸ ਆਈਆਂ, ਜਿਹਨਾਂ ਵਿੱਚ ਇੱਕ ਰਾਖ ਤੋਂ, ਇੱਕ ਕਦਰ ਤੋਂ, ਅਤੇ 7 ਮਾਸਕਟ ਤੋਂ ਵਾਪਸ ਆਈਆਂ।